ਸਾਡੇ ਨਾਲ ਗੁਰਦਾਸ ਸਾਹਿਬ ਦੇ ਬੇਟੇ ਮੌਜੂਦ ਹੈ, ਉਹਦੇ ਵੀਰ ਜੀ, ਉਹਨਾਂ ਨਾਲ ਗੱਲਬਾਤ ਕਰਾਂਗੇ। ਸਰ, ਜਿੱਤ ਨਦੀਲਾ ਕਰੀਏ, ਕਿਵੇਂ ਕੀ ਗਾਣੇ 'ਤੇ? ਦੇਖੋ ਜੀ, ਅਜੇ ਤਾਂ ਅੱਧੀ ਕਾਊਂਟਿੰਗ ਹੋਈ ਹੈ, ਪਰ ਜਿਹੜਾ ਲੋਕਾਂ ਨੇ ਪਿਆਰ ਦਿੱਤਾ ਉਹ ਵੇਖ ਕੇ ਖੁਸ਼ੀ ਬੜੀ ਹੁੰਦੀ ਹੈ, ਅਤੇ ਅੱਗੇ ਜ਼ਿੰਮੇਵਾਰੀ ਵੀ ਬੜੀ ਹੈ, ਪਰਮਾਤਮਾ ਲੀਡੇ ਵੀ ਰੱਖੇ। ਅਤੇ ਤੁਹਾਨੂੰ ਕੀ ਲੱਗਦਾ ਕਿੰਨੀ ਕੁ ਲੀਡ ਹੈਗੀ ਤੁਹਾਨੂੰ ਪੂਰੇ ਹਲਕੇ 'ਚ? ਭਾਅ ਜੀ, ਮੈਨੂੰ ਤਾਂ ਹੈਗੀ ਹੈ ਜੀ ਕਿ ਮੇਰੀ ਲੱਖ ਤੱਕ ਪਹੁੰਚੇ, ਅਤੇ ਖੁਸ਼ੀ ਹੋਊਗੀ ਕਿ ਲੋਕਾਂ ਨੇ ਰੰਧਾਵਾ ਸਾਹਿਬ ਨੂੰ ਚੁਣਿਆ। ਅੱਛਾ, ਰੰਧਾਵਾ ਸਾਹਿਬ ਹੁਣ ਮੌਜੂਦ ਹੈ ਇਸ ਟਾਈਮ ਕਿੱਥੇ ਨੇ? ਇੱਥੇ ਗੁਰਦਾਸਪੁਰ ਹੀ ਹੈ ਜੀ, ਇੱਥੇ ਗੇੜਾ ਲਾ ਕੇ ਜਾਣਗੇ ਬਿਲਕੁਲ, ਅਤੇ ਪਰਮਾਤਮਾ ਮਿਹਰ ਰੱਖੇ ਤਾਂ ਸਰਟੀਫਿਕੇਟ ਵੀ ਲੈ ਕੇ ਜਾਵਾਂਗੇ। ਅਤੇ ਤੁਹਾਨੂੰ ਲੱਗਦਾ ਵੀ ਜਿੱਤੀ ਖੁਸ਼ੀ ਫਿਰ ਜਸ਼ਨ ਹੋ ਰਿਹਾ? ਬਿਲਕੁਲ ਜੀ, ਬਿਲਕੁਲ ਹੋਊਗਾ, ਅਤੇ ਜਿਹੜੇ ਸੈਂਟਰ 'ਚ ਵੀ ਕਾਂਗਰਸ ਦਾ ਪੂਰਾ ਜ਼ੋਰ ਲੱਗਿਆ ਹੋਇਆ, ਅਤੇ ਤਕਰੀਬਨ ਪਹੁੰਚ ਹੀ ਜਾਣਗੇ ਬਰਾਬਰ ਤੱਕ, ਅਤੇ ਉੱਥੇ ਵੀ ਸਰਕਾਰ ਬਣਾਉਣ ਦੀ ਕੋਸ਼ਿਸ਼ ਹੋਊਗੀ ਸਭ ਤੋਂ ਵੱਧ ਜਿਹੜੀ। ਹੁਣ ਗੁਰਦਾਸਪੁਰ ਜਿਹੜੀ ਸੀਟ ਚੁਣਾਉ ਜਿੱਤ ਚੱਲੇ ਰੰਧਾਵਾ ਸਾਹਿਬ, ਉਹ ਲੱਗਦੇ ਹੁਣ ਉਪ ਚੁਣਾਉ ਆਉਣ ਜਾ ਰਹੇ, ਔਰ ਤਿਆਰੀ ਹੈ ਵੀ ਤੁਹਾਡੀ? ਨਹੀਂ ਜੀ, ਮੇਰੀ ਤਾਂ ਨਹੀਂ, ਪਾਰਟੀ ਦੀ ਜ਼ਿੰਮੇਵਾਰੀ ਹੋਊਗੀ, ਜਿੱਤ ਤਾਂ ਪਊਗੀ, ਉਹਨੂੰ ਕਰਨਾ ਪਊਗਾ। ਇਸ ਸਨ ਉਹਦੇ ਵੀਰ ਰੰਧਾਵਾ, ਜੋ ਸੁਖਜਿੰਦਰ ਰੰਧਾਵਾ ਦੇ ਬੇਟੇ ਆ, ਜਿਨ੍ਹਾਂ ਦਾ ਕਹਿਣਾ ਜੀ ਸੀਟ ਸਾਡੀ ਜਿੱਦੀ ਨਜ਼ਰ ਆ ਰਹੀ ਆ, ਔਰ ਜਿਹੜੇ ਫਿਲਹਾਲ ਰੰਧਾਵਾ ਸਾਹਿਬ ਵੀ ਇੱਥੇ ਪਹੁੰਚਣ ਵਾਲੇ, ਥੋੜ੍ਹੇ ਤੱਕ ਉਹ ਵੀ ਇੱਥੇ ਪਹੁੰਚ ਰਹੇ, ਅਤੇ ਲੋਕਾਂ ਦੇ ਵਧਾਈਆਂ ਦੇਣ ਦਾ ਜਿਹੜਾ ਸਿਲਸਿਲਾ ਲਗਾਤਾਰ ਜਾਰੀ ਆ। ਪੰਜਾਬ ਤੱਕ ਗੁਰਦਾਸਪੁਰ ਤੋਂ ਪਜੰਬਰ ਬਿੱਟੂ।